क्या बात है जी, क्या बात है ना। व्यू देखो किन्ना साफ सुथरा पानी है ना, ते आह दूजे पासे गंद पाउण नूं अपने आले काले ने। शर्म करो, मर जाओ डुब के, तुसीं आह नहर जी डुब के मर जाओ। होर पाक पवित्र पानियां नूं खराब करी जांदे तुसीं। पावन गुरु पानी पिता माता धरत महत है। की कहना भाई? पावन गुरु पानी पिता माता धरत महत, तिन्ने चीजां पावन पानी, ए तिन्ने चीजां रद लिया करतियां, झूठ नहीं ए है सच। धरती माता ओ भी गंदी करती, पानी भी गंदा करता, हवा भी गंदी करती। आ देखो बस, आ देखो, आ देखो, ये सारे पानी च मथे टेको गरीब लोग को। आ थोनू दिखाउण लग्या मट पानी पिता, पावन गुरु पानी पिता, पावन गुरु पानी पिता माता धरत महत। पर इन्ह ने गंद पाता, देखी किन्नी सोहनी नहर है। देखो नहर आले पिंड, रेल दी गड्डी आले पिंड अक्सर सोहने लगदे हुंदे आ। पच्ची पिंडां च इक वैद हुंदा सी, ते लोग बहुत घट बिमार हुंदे सी। ते अज इक पिंड च 25 डाक्टर ने, ते लोग वध बिमार हुंदे। ओ पार्टी आ गई जी उधरों, उधरला पासे भी दिखा करना मैं भाई, मैं हथ मिला के निकलूं। माहौल दिखाउणा अज मैं खनौरी आए हुए सी, ते उदू बाद असीं नहाउंदे वी माहौल दिखावांगे। गर्मी वाली पैंदी उस्ताद, वीडियो चलदी चलदी वीडियो कर दो शेयर, ते बन जाओ शेयर। हौली बीबा हौली, इधर ही दिखाना मैं तुहानू नहर। शायद इत्थे भी गंद पाया होगा मैनू लगता है, इन्ना क तां मैनू माण है साडे नाल ते। व्यू देखो उस्ताद, आ देखो गंद पाउण तो कित्थे हटदे ने इह। देख पहला गंद दिखाउणा हुण पाया होया, सवा किन्ना सोहणा पाणी है। देखो जी क्या सीन है, क्या सीन है। वीडियो नूं वध तों वध शेयर कर दो। असीं आया जी खनौरी, ਲੈ ਮੈਂ ਦਿਖਾਵਾਂ ਅੱਜ ਮੈਂ ਵੀ ਐਨਕਾਂ ਨਾਲ ਦਿਖਾਣੇ। ਕਿਆ ਵਿਊ ਹੈ ਜੀ, ਕਿਆ ਵਿਊ ਹੈ, ਤੇ ਦੇਖੋ ਨਜ਼ਾਰੇ। ਇੱਥੇ ਹੁਣ ਅਸੀਂ ਨਾਰਾਇਣਗੜ੍ਹ ਨਹਾਉਣ ਜਾਵਾਂਗੇ। ਓ ਖੜੇ ਦੇਖੋ ਜੂ ਟਰਨ ਤੇ ਮਾਰਨਾ ਪੈਣਾ, ਫਿਰ ਵੀ ਜੂ ਟਰਨ ਤੇ ਮਾਰਨਾ ਪਊਗਾ। ਜੂ ਟਰਨ ਮਾਰ ਲਓ, ਤਦ ਤੱਕ ਮੈਂ ਦਿਖਾਉਣਾ ਤੁਹਾਨੂੰ ਵਿਊ ਆਪਣੇ ਵਾਲੇ ਫੇਸਬੁੱਕ ਟੱਬਰ ਨੂੰ ਮੈਂ ਸਾਰਾ ਦਿਖਾ ਦੇਵਾਂ ਵਿਊ। ਤਦ ਤੱਕ ਤੁਸੀਂ ਜੂ ਟਰਨ ਮਾਰੋ। ਆਹ ਦੇਖੋ ਜੀ ਉਸਤਾਦ ਜੀ ਮਾਹੌਲ ਕਿੰਨਾ ਸੋਹਣਾ ਪਾਣੀ ਹੈ ਹਨਾ, ਪਰ ਇਹਨਾਂ ਪਾਣੀਆਂ ਨੂੰ ਗੰਧਲਾ ਕਰਨ ਲਈ ਸਾਡੇ ਵਾਲੇ ਆਹ ਦੇਖੋ ਕਦੇ ਕੁਛ ਕਦੇ ਕੁਛ ਸਿੱਟ ਕੇ ਜਾਂਦੇ ਨੇ। ਮੈਂ ਦਿਖਾਉਂ ਆਹ ਚੁੰਨੀਆਂ ਚੰਨੀਆਂ ਜਿਹੇ ਵਿੱਚ ਹਨਾ, ਸ਼ਾਰਟਕੱਟ ਬਣਾਉਂਦੇ ਲੋਕ ਤਰੀਕੇ। ਸਵਾਹ ਜਾਂ ਤਾਂ ਫਿਰ ਬਾਬੇ ਨਾਨਕ ਦੀ ਬਾਣੀ ਗਲਤ ਸੀ, ਜਾਂ ਫਿਰ ਤੁਸੀਂ ਵਾਲੇ ਸਿਆਣੇ ਹੋ ਗਏ ਹਨਾ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਜਦੋਂ ਕਹਿ ਕੇ ਗਏ ਨੇ ਸਾਡੇ ਵੱਡੇ, ਤਾਂ ਫਿਰ ਵੀ ਖਰਾਬ ਕਰਤਾ ਸੀ ਨੇ ਪਾਣੀ। ਤੇ ਹੁਣ ਅਸੀਂ ਨਾਰਾਇਣਗੜ੍ਹ ਜਾਵਾਂਗੇ ਜੀ, ਤੇ ਉੱਥੇ ਆਪਾਂ ਨਹਾਵਾਂਗੇ, ਤੇ ਤੁਸੀਂ ਵੀ ਆ ਜਾਓ, ਉੱਥੇ ਮਾਹੌਲ ਦਿਖਾਵਾਂਗੇ। ਕਹਿੰਦੇ ਜਦੋਂ ਨਹਿਰ ਦਾ ਪਾਣੀ ਇੰਨਾ ਕੁ ਠੰਡਾ ਹੈ, ਜਦੋਂ ਵਿੱਚ ਵੜਦੇ ਕਹਿੰਦੇ ਕੰਬਣੀ ਚੜ ਜਾਂਦੀ ਹੈ। ਅੱਛਾ ਜਿਹਦਾ ਸਰਦਾ ਕੂਲ ਬਣਾਇਆ ਕਰੋ ਹੁਣ ਗਰਮੀਆਂ ਦੇ ਦਿਨ। ਆਪਣੇ
ਉਸਤਾਦ ਜੀ ਕੀ ਕਹੋਗੇ ਇਹਦੇ ਬਾਰੇ? ਇਹਦੇ ਬਾਰੇ ਹਾਂ ਨਹਿਰ ਬਾਰੇ ਇੱਧਰ ਹੀ ਆ ਜਾ ਨਾਲ ਨਹਿਰ ਦਿਖੀ ਨਾਲ ਨਾਲ ਸਵਰਗ ਹੈ ਨਾ ਗਰਮੀ ਪੈ ਜਾਂਦੀ ਹੈ ਕਿੱਥੇ ਲੈ ਕੇ ਜਾਣਗੇ ਕਿਉਂਕਿ ਇਹਨਾਂ ਦਾ ਲੋਕਲ ਹੈ ਇਹ ਵਿੱਕੀ ਧਾਲੀਆ ਨੂੰ ਹੁਣੇ ਹੁਣੇ ਫੋਨ ਕੀਤਾ ਸੀ ਉਹ ਮਨਾਲੀ ਫਿਰਦਾ ਨਹੀਂ ਤਾਂ ਕਹਿੰਦਾ ਮੈਂ ਘੁਮਾਉਂਦਾ ਸਾਨੂੰ ਇੱਥੇ ਅਸੀਂ ਅੱਜ ਖਨੌਰੀ ਵਿਆਹ 'ਚ ਆਏ ਸੀ ਕਿਸੇ 'ਚ ਅਤੇ ਸਾਡਾ ਫਟਾਫਟ ਸ਼ਗਨ ਦੇ ਕੇ ਨਿਕਲਣ ਨੂੰ ਦਿਲ ਕੀਤਾ ਵੀ ਯਾਰ ਗਰਮੀ ਬਹੁਤ ਹੈ ਅਤੇ ਵੀ ਨਹਾਈਏ ਜਾ ਕੇ ਹੈ ਨਾ ਬਾਈ ਜੀ ਆਪਾਂ ਹੁਣ ਕਿੱਥੇ ਜਾਵਾਂਗੇ? ਹੈਂ ਰੈਣਗੜ ਘੈਂਟ ਕੋਈ ਗੱਲਬਾਤ ਸੁਣਾ ਦੇ ਬਾਈ ਹਾਂਜੀ ਇਧਰਲੇ ਪਾਸੇ ਗੱਲਬਾਤ ਸੁਣਾ ਦੇ ਕੋਈ ਇਹਨਾਂ ਨੂੰ ਹਾਂ ਜੋਬ ਸਰਕਾਰੀ ਹੈ ਪੈਂਤੀ ਅੱਖਰਾਂ ਨੇ ਬੜਿਆਂ ਦੀ ਜ਼ਿੰਦਗੀ ਸਵਾਰੀ ਹੈ ਜੀ ਜ਼ਿੰਦਗੀ ਸਵਾਰੀ ਹੈ ਪੈਂਤੀ ਅੱਖਰਾਂ ਨੇ ਬੜਿਆਂ ਦੀ ਜ਼ਿੰਦਗੀ ਸਵਾਰੀ ਹੈ ਜੀ ਜ਼ਿੰਦਗੀ ਸਵਾਰੀ ਹੈ ਕਿਆ ਬਾਤ ਹੈ ਪੈਂਤੀ ਅੱਖਰਾਂ ਤੋਂ ਸ਼ਬਦ ਹਜ਼ਾਰ ਬਣਦੇ ਬਣਦੀਆਂ ਬੁੱਕਾਂ ਅਖਬਾਰ ਬਣਦੇ ਅੱਖਰਾਂ ਨੂੰ ਪੜ੍ਹ ਕੇ ਹੀ ਉੱਚੇ ਰੁਤਬੇ ਅੱਖਰਾਂ ਦੇ ਨਾਲ ਕਾਰੋਬਾਰ ਬਣਦੇ ਹੋ ਅੱਖਰਾਂ ਦੇ ਵਿੱਚ ਹੀ ਨੇ ਦੇਣਦਾਰੀਆਂ ਅੱਖਰਾਂ ਦੇ ਵਿੱਚ ਹੀ ਜੀ ਸ਼ਾਹੂ ਕਰੀਏ ਪੈਂਤੀ ਅੱਖਰਾਂ ਨੇ ਬੜਿਆਂ ਦੀ ਜ਼ਿੰਦਗੀ ਸਵਾਰੀ ਹੈ ਜੀ ਜ਼ਿੰਦਗੀ ਸਵਾਰੀ ਪੈਂਤੀ ਅੱਖਰਾਂ ਨੇ ਬੜਿਆਂ ਦੀ ਜ਼ਿੰਦਗੀ ਸਵਾਰੀ ਹੈ ਓਏ ਜ਼ਿੰਦਗੀ ਸਵਾਰੀ ਹੈ ਪੈਂਤੀ ਅੱਖਰਾਂ ਨੂੰ ਮਿਲ ਕੇ ਸ਼ਬਦ ਬਣਦਾ ਸ਼ਬਦ ਹੀ ਫੇਰ ਨੇ ਜਵਾਨ ਬਣਦੇ ਅੱਖਰਾਂ ਤੋਂ ਲਿਖੀਆਂ ਕਥਾਵਾਂ ਜਾਂਦੀਆਂ ਉਹ ਅੱਖਰਾਂ ਦੇ ਨਾਲ ਵਿਦਵਾਨ ਬਣਦੇ ਉਹ ਅੱਖਰਾਂ ਦੇ ਵਿੱਚ ਹੀ ਨੇ ਬੇਈਮਾਨੀਆਂ ਅੱਖਰਾਂ ਦੇ ਵਿੱਚ ਹੀ ਇਮਾਨਦਾਰੀ ਹੈ ਪੈਂਤੀ ਅੱਖਰਾਂ ਨੇ ਬੜਿਆਂ ਦੀ ਜ਼ਿੰਦਗੀ ਸਵਾਰੀ ਹੈ ਜੀ ਜ਼ਿੰਦਗੀ ਸਵਾਰੀ ਆ ਪੈਂਤੀ ਅੱਖਰਾਂ ਨੇ ਬੜਿਆਂ ਦੀ ਜ਼ਿੰਦਗੀ ਸਵਾਰੀ ਹੈ ਜੀ ਜ਼ਿੰਦਗੀ ਸਵਾਰੀ ਆ ਉਹ ਕਿੱਥੋਂ ਆਏ ਨੇ ਅੱਖਰ ਉਹ ਬੱਲੇ ਹੋ ਕਿੱਥੋਂ ਆਏ ਨੇ ਅੱਖਰ ਜੀ ਏ ਕੀ ਨੇ ਉਕਰੇ ਮੈਨੂੰ ਤਾਂ ਦਿੱਤੇ ਐ ਮੇਰੇ ਪਿੰਡ ਦੇ ਸਕੂਲ ਨੇ ਅੱਖਰਾਂ ਨੇ ਅੰਦਰ ਜਗਾਇਆ ਜਜ਼ਬਾ ਅੱਖਰਾਂ ਨੇ ਦਿੱਤੇ ਜਿਉਣ ਦੇ ਅਸੂਲ ਨੇ ਉਹ ਅੱਖਰਾਂ ਦੇ ਨਾਲ ਹੀ ਜਨਮ ਹੋਮਦਾ ਅੱਖਰਾਂ ਦੇ ਨਾਲ ਹੀ ਜਨਮ ਹੋਮਦਾ ਉਹ ਅੱਖਰਾਂ ਦੇ ਨਾਲ ਜੱਗ ਤੋਂ ਜੁਦਾਈ ਐ ਪੈਂਤੀ ਅੱਖਰਾਂ ਨੇ ਬੜਿਆਂ ਦੀ ਜ਼ਿੰਦਗੀ ਬਣਾਈ ਹੈ ਓਏ ਜ਼ਿੰਦਗੀ ਬਣਾਈ ਹੈ ਪੈਂਤੀ ਅੱਖਰਾਂ ਨੇ ਬੜਿਆਂ ਦੀ ਜ਼ਿੰਦਗੀ ਬਣਾਈ ਹੈ ਜੀ ਜੁਦਾਈ ਹੈ ਹਾਂਜੀ ਇੱਥੇ ਕਾਫੀ ਹੈ ਨੀ ਮਿਲਦਾ ਆਪਣਾ ਹਨਾ ਸਵਾਰੀ ਹੈ ਅੱਖਰਾਂ ਦੇ ਨਾਲ ਹੀ ਜਨਮ ਹੋਮਦਾ ਅੱਖਰਾਂ ਦੇ ਨਾਲ ਜੱਗ ਤੋਂ ਜੁਦਾਈ ਹੈ ਅੱਖਰਾਂ ਦੇ ਨਾਲ ਜੱਗ ਤੋਂ ਤਿਆਰੀ ਆ ਤਿਆਰੀ ਵੀ ਕਹਿ ਸਕਦੇ ਹਨਾ ਗੁਜ਼ਾਰੀ ਹੈ ਇਹਦੇ ਨਾਲ ਫਿਰ ਕਾਫੀ ਮਿਲਣੇ ਜ਼ਰੂਰੀ ਪਰ ਗੁੱਡ ਹੈ ਸਿਰਾ ਕਰਾਤਾ ਐਂਡ ਗੱਲ ਬਾਤ ਆ ਬਹੁਤ ਸੋਹਣੀ ਕੰਪੀਟੀਸ਼ਨ ਹੈ ਉਹ ਦੇਖੋ ਯਾਰ ਕਿੰਨਾ ਤੇਜ਼ ਭਜਾ ਰਿਹਾ ਮੋਟਰਸਾਈਕਲ ਗਲਤ ਗੱਲ ਨਹੀਂ ਉਹਦੀ ਉਹਨੂੰ ਕਹੋ ਜੇ ਜਿਉਂਦਾ ਰਹੇਗਾ ਫੇਰ ਹੀ ਮਿਲੇਗਾ ਸਾਨੂੰ ਇੰਨਾ ਦੇਖ ਕਿਵੇਂ ਭਜਾ ਰਿਹਾ ਉਹ ਨਾ ਗਲਤ ਗੱਲ ਹੈ ਇਹ ਠੀਕ ਹੈ ਸਾਨੂੰ ਮਿਲਣ ਦਾ ਚਾਹ ਉਹਨੂੰ ਪਰ ਇਹ ਨਹੀਂ ਯਾਰ ਲੈ ਮੈਂ ਦਿਖਾਉਣਾ ਹੁਣ ਮੈਂ ਝਿੜਕੂੰਗਾ ਹੁਣ ਸਰ ਪਤਾ ਦੇਖ ਲਓ ਜੀ ਦਿਖਾਉਣਾ ਮੈਂ ਤੁਹਾਨੂੰ ਐਂ ਕੰਮ ਨਾ ਕਰਿਆ ਕਰੋ ਯਾਰ ਚਾਹ ਹੋਣਾ ਚਾਹੀਦਾ ਮਿਲਦਾ ਹੈ ਨਾ ਪਰ ਇਹ ਨਹੀਂ ਵੀ ਉਹਨੂੰ ਮੋਟਰਸਾਈਕਲ ਨੂੰ ਇੰਨਾ ਕੁ ਭਜਾਓ ਦੇਖ ਉਹ ਜ਼ੂਮ ਕਰਕੇ ਘੱਟ ਪਤਾ ਲੱਗਦਾ ਚਲੀਏ ਉਹਨੂੰ ਆ ਜਾਂਦੇ ਵੀਰ ਨੂੰ ਯਾਰ ਉਹ ਬੜਾ ਕਿਆ ਬਾਤ ਆ ਜੀ ਬਹੁਤ ਮੈਨੂੰ ਬਹੁਤ ਘੈਂਟ ਲੱਗਦਾ ਵਿਊ
ਜੇ ਸੁਖਬੀਰ ਬਲ ਦਾ ਮੈਂ ਕਹਿੰਦਾ ਉਹ ਬੱਸ ਚੱਲਦਾ ਚਲਾਉਣ ਦਾ ਬੱਸ ਚ ਸੁਖਬੀਰ ਬਲ ਜੀ ਹੈਗਾ ਉਹਦੇ ਚ ਹੱਥ ਚ ਪਵਰ ਹੈਗਾ ਪਵਰ ਹੈਗੀ ਲਓ ਜੀ ਵਿਊ ਦੇਖ ਬਾਈ ਅਗਲੀ ਥੋੜੇ ਟਾਈਮ ਨੂੰ ਜਾ ਕੇ ਦੁਬਾਰਾ ਲਾਈਵ ਹੁੰਦੇ ਆ ਨਾਰਾਇਣਗੜ੍ਹ ਤੋਂ ਤੇ ਨੰਗੂ ਹੋ ਕੇ ਮਿਲਾਂਗੇ ਉੱਥੇ ਨਹਾਵਾਂਗੇ ਤੇ ਇੰਜੋਏ ਕਰਾਂਗੇ ਨੇੜੇ ਤੇੜੇ ਵਾਲਾ ਜਿਹੜਾ ਹੈਗਾ ਮੇਰਾ ਵੀਰ ਉੱਥੇ ਆ ਸਕਦਾ ਉਹ ਨਹੀਂ ਭੱਜ ਜਿੰਨਾ ਮੋਟਰਸਾਈਕਲ ਭਜਾਉਂਦਾ ਸੀ ਭੱਜ ਉਹਨਾਂ ਜਿੰਨਾ ਮੋਟਰਸਾਈਕਲ ਭਜਾਈ ਉੱਥੇ ਉੱਥੋਂ ਭੱਜ ਗਿਆ ਤੂੰ ਹੋਰ ਸੁੱਤਾ ਪਿਆ ਸੀ ਵੀਰੇ ਲਾਈਵ ਦੇਖਦੇ ਦੇਖਦੇ ਲਾਈਵ ਦੇਖਦੇ ਦੇਖਦੇ ਹੁਣ ਵੀ ਚੱਲ ਰਿਹਾ ਫੋਨ ਚ ਅੱਛਾ ਜੀ ਹੋਰ ਬਾਈ ਤੂੰ ਯਾਰ ਮੋਟਰਸਾਈਕਲ ਜ਼ਿਆਦਾ ਭਜਾਉਂਦਾ ਸੀ ਮੈਂ ਨਾ ਤੈਨੂੰ ਝਿੜਕਦਾ ਇਸ ਗੱਲ ਕੇ ਤੂੰ ਗੱਲ ਕਰਕੇ ਅੱਛਾ ਕਿਆ ਬਾਤ ਹੈ ਤੂੰ ਮੋਟਰਸਾਈਕਲ ਇੰਨਾ ਤੇਜ਼ ਨਹੀਂ ਭਜਾਉਣਾ ਚਾਹੀਦਾ ਸੀ ਜੇ ਜਿਉਂ ਕਦੇ ਨਾ ਪਹੁੰਚਣ ਨਾਲੋਂ ਦੇਰ ਚੰਗੀ ਹੁੰਦੀ ਹੈ ਜੇ ਬਾਈ ਕੋਈ ਗੱਲਬਾਤ ਹੋ ਜਾਂਦੀ ਤੈਨੂੰ ਪਤਾ ਤੇਰੇ ਨਾਲ ਕਿੰਨੇ ਲੋਕ ਮਰਦੇ ਹਾਂ ਨਹੀਂ ਨਹੀਂ ਇੱਦਾਂ ਨਾ ਕਰ ਜੇ ਤੇਰੇ ਨਾਲ ਤੈਨੂੰ ਪਤਾ ਕਿੰਨੇ ਲੋਕ ਮਰਦੇ ਹਨਾ ਨਹੀਂ ਚਾਪ ਜਾਂਦਾ ਤੇਰੀਆਂ ਹਾਵ ਭਾਵਾਂ ਤੇਰੇ ਚੜੇ ਹੋਏ ਦਮ ਤੋਂ ਪਤਾ ਲੱਗਦਾ ਤੂੰ ਕਿੰਨਾ ਪਿਆਰ ਕਰਦਾ ਅੰਦਰੋਂ ਕੋਈ ਖੁਸ਼ੀ ਸੀ ਸਾਨੂੰ ਮਿਲ ਕੇ ਅੱਛਾ ਜੀ ਲਵ ਯੂ ਤੁਹਾਡਾ ਪਿਆਰ ਹੈ ਫੇਸਬੁੱਕ ਮੇਰਾ ਟੱਬਰ ਹੈ ਅਤੇ ਮੈਨੂੰ ਫੇਸਬੁੱਕ ਨੇ ਬਹੁਤ ਸਾਰਾ ਪਿਆਰ ਦਿੱਤਾ ਅਤੇ ਤਾਂ ਹੀ ਮੈਂ ਲਾਈਵ ਵੀਡੀਓ ਵੀ ਪਾਉਂਦਾ ਰਿਹਾ ਲਾਈਵ ਹੁੰਦਾ ਰਹਿਣਾ ਹੈ ਨਾ ਅਤੇ ਸਮੇਂ ਸਮੇਂ 'ਤੇ ਮੈਂ ਕੁਛ ਨਾ ਕੁਛ ਦਿਖਾਉਂਦਾ ਰਹਿਣਾ ਅਤੇ ਮੇਰੇ ਤੋਂ ਵੀ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਮੈਂ ਗਲਤੀਆਂ ਦਾ ਵੀ ਇਨਸਾਨ ਗਲਤੀਆਂ ਦਾ ਪੁਤਲਾ ਹੁੰਦਾ ਹੈ ਲਵ ਜੀ ਬਾਈ ਤੁਹਾਨੂੰ ਕੀ ਨਾਂ ਤੁਹਾਡਾ ਨਾਮ ਸੁਨੀਲ ਸਿੰਘ ਸੁਨੀਲ ਸਿੰਘ ਕੀ ਕੰਮ ਕਰਦੇ ਗੱਡ 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 ਅੱਛਾ ਲਾਈਵ ਦੇਖਦੇ ਦੇਖਦੇ ਆਏ ਹੋ ਗਗਨ ਲਾਈਵ ਦੇਖਦੇ ਦੇਖਦੇ ਇੱਕ ਗੱਲ ਜੀ ਕਦੇ ਇਸ ਟਾਈਮ ਇੱਥੋਂ ਹੀ ਛਾਲਾਂ ਮਾਰੀਆਂ ਜੀ ਤੇਰੀਆਂ ਹਾਂਜੀ ਅੱਜ ਤੋਂ ਇਸ ਤੋਂ ਅੱਛਾ ਜੀ ਚੌੜ ਕਰਦੇ ਹੁੰਦੇ ਪੂਰੇ ਹੈ ਜੀ ਤੇ ਸਾਡੇ ਪਿੰਡ ਦੇ ਮੁੰਡੇ ਇੱਦਾਂ ਦੇ ਆ ਕਿ ਜੀ ਇੱਟ ਤੇ ਨਿਸ਼ਾਨੀ ਲਾ ਕੇ ਨਹਿਰ ਵਿੱਚ ਸੁੱਟ ਦਿੰਦੇ ਆ ਅੱਛਾ ਜੀ ਫਿਰ ਉਹ ਹੀ ਕੱਢ ਕੇ ਜਾਂਦੇ ਆ ਅੱਛਾ ਜੀ ਹਾਂ ਵਾਰੀ ਨਾਲ ਜਿਵੇਂ ਚਾਰ ਪੰਜ ਜਣੇ ਹੋ ਗਏ ਹਾਂ ਅਸੀਂ ਵੋਕ ਦਿੱਤਾ ਕਰੇ ਨੇ ਅੱਛਾ ਇਹਦਾ ਫਾਇਦਾ ਤਾਂ ਹੋਇਆ ਸਾਨੂੰ ਸਾਡੇ ਨਾ ਫੌਜ ਦੇ ਵਿੱਚ ਇੱਕ ਸਵੀਮਿੰਗ ਪੂਲ ਮਤਲਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਹ ਤੁਹਾਡਾ ਪਿਆਰ ਹੈ ਜੀ ਹੈਨਾ ਅਤੇ ਮੈਂ ਪਹਿਲਾ ਗੀਤਕਾਰ ਹੂੰ ਜਿਹਨੂੰ ਮੈਨੂੰ ਲੱਗਦਾ ਜ਼ਿੰਦਗੀ 'ਚ ਇੰਨਾ ਪਿਆਰ ਮਿਲਿਆ ਨਹੀਂ ਤਾਂ ਪਰਦੇ ਦੇ ਪਿੱਛੇ ਰਹਿ ਜਾਣਾ ਸੀ ਅਤੇ ਗੀਤਕਾਰ ਹਮੇਸ਼ਾ ਪਰਦੇ ਦੇ ਪਿੱਛੇ ਰਹਿ ਜਾਂਦਾ ਅਤੇ ਇਹ ਮੈਨੂੰ ਪਿਆਰ ਕਰਦੇ ਆ ਬਹੁਤ ਸਾਰਾ ਅਤੇ ਮੈਂ ਵੀ ਕੋਸ਼ਿਸ਼ ਕਰਦਾ ਹੁੰਦਾ ਕਿ ਆਪਦੀ ਜਗ੍ਹਾ ਨਾ ਛੱਡਾਂ ਅਤੇ ਸਾਰੇ ਦੇਖ ਰਿਹਾ ਤੁਹਾਨੂੰ ਹਾਂ ਬਹੁਤ ਵਧੀਆ ਮੈਂ ਕਿਹਾ ਮਾਹੌਲ ਬਾਲਾ ਵਧੀਆ ਹੋ ਰਿਹਾ ਹੈ ਨਾ ਗੁਰੂ ਪ੍ਰਭਾਨ ਨੇ ਜੀ ਆਪਣੇ ਉਸਤਾਦ ਜੀ ਹਾਂ ਧੰਨਵਾਦ ਵੀਰੇ ਧੰਨਵਾਦ ਤੁਹਾਨੂੰ ਹਾਂ ਪਤਾ ਕੀ ਹੈ ਜੇ ਮੇਰੇ ਜ਼ਰੀਏ ਵੀ ਕਨੇਡਾ ਅਮਰੀਕਾ ਆਸਟ੍ਰੇਲੀਆ ਖਨੌਰੀ ਪਟਿਆਲਾ ਜਿੱਥੇ ਵੀ ਲੋਕ ਬੈਠੇ ਜੇ ਉਹਨਾਂ ਤੱਕ ਮਤਲਬ ਆਪਾਂ ਰੂਬਰੂ ਹੋਏ ਨਾ ਵਧੀਆ ਗੱਲ ਹੈ ਨਾ ਆਹ ਮੁੰਡਾ ਦੇਖ ਲੈ ਆਹ ਲਾਈਵ ਦੇਖਦਾ ਆ ਗਿਆ ਠੀਕ ਹੈ ਲਵ ਯੂ ਬਾਈ ਜੀ ਹੁਣ ਕਿੱਧਰ ਨੂੰ ਅਸੀਂ ਅਸੀਂ ਵੀ ਨਹਾਉਣ ਚੱਲੇ ਉੱਥੇ ਫਿਰ ਨਹਾਉਣੇ ਅਗਲਾ ਵੀਡੀਓ ਉੱਥੋਂ ਪਾਵਾਂਗੇ ਬਾਈ ਸਾਰੇ ਦੇਖਣ ਵਾਲੇ ਦੇਖੀ ਚੱਲਿਓ ਅਗਲਾ ਵੀਡੀਓ ਬਣਾ ਕੇ ਪਾਵਾਂਗੇ ਤੁਹਾਨੂੰ ਵਿਊ ਦਿਖਾਵਾਂਗੇ ਅਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਮੇਂ ਦੇ ਨਾਲ ਨਾਲ ਅਸੀਂ ਹਰ ਬੰਦਾ ਇੱਥੇ ਦਿਖਾਉਂਦੇ ਰਹਿੰਦੇ ਵੀ ਕੌਣ ਕੀ ਕਰੀ ਜਾਂਦਾ ਪੰਜਾਬ ਦਾ ਮਾਹੌਲ ਕਿੱਦਾਂ ਹੈ ਨਾ ਜਿਹੜੇ ਬਾਹਰ ਕਨੇਡਾ ਅਮਰੀਕਾ ਬੈਠੇ ਨੇ ਸਿਫਟ ਤੋਂ ਕਮਰੇ 'ਚ ਕਮਰੇ ਤੋਂ ਸਿਫਟ 'ਤੇ ਜਾਂਦੇ ਨੇ ਘੱਟੋ ਘੱਟ ਉਹਨਾਂ ਨੂੰ ਮਾਹੌਲ ਪੰਜਾਬ ਦਾ ਦੇਖਣ ਨੂੰ ਮਿਲ ਜਾਂਦਾ ਕਿਉਂਕਿ ਪੰਜਾਬ ਛੱਡ ਜਾਣ ਨੂੰ ਹਨਾ ਕਿਉਂ ਭਾਜੀ ਹਾਂ ਸਰਕਾਰਾਂ ਬਹੁਤ ਮਾੜੀਆਂ ਨੇ ਪਰ ਇੱਕ ਮੈਂ ਇਹ ਵੀ ਕਹਿੰਦਾ ਹੁੰਦਾ ਕਿ ਸਾਡਾ ਕੁਝ ਨਹੀਂ ਹੋ ਸਕਦਾ ਇੱਥੇ ਕਹਿੰਦਾ ਹਰ ਕੋਈ ਪਰ ਵੋਟ ਦੇ ਬਦਲੇ ਬੋਤਲ ਵੀ ਤੇ ਲੈਂਦਾ ਹਰ ਕੋਈ ਹਨਾ ਜਿਹੜਾ ਗੱਲਾਂ ਸੁਣਾਉਂਦਾ ਸੱਚੀਆਂ ਉਹਦੀਆਂ ਸੁਣੀਆਂ ਕਿਹਨੇ ਨੇ ਮਾੜੀਆਂ ਕਹਿ ਦਿੰਦੇ ਆ ਸਰਕਾਰਾਂ ਪਰ ਇਹ ਚੁਣੀਆਂ ਕਿਹਨੇ ਨੇ ਆਪਾਂ ਨੇ ਚੁਣੀਆਂ ਨੇ 2022 ਚ ਵਧੀਆ ਬੰਦੇ ਚੁਣ ਲਓ ਕਿਉਂ ਉਸਤਾਦ ਜੀ ਹਾਂ ਜੋ ਵੀ ਆਓ ਵਧੀਆ ਬੰਦੇ ਲੈ ਕੇ ਆਓ ਅੱਗੇ ਬਸ 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 ਬਿਲਕੁਲ ਲਓ ਜੀ ਤੁਸੀਂ ਸਾਰੇ ਵੀਡੀਓ ਚ ਆ ਗਏ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦੋ ਜਿਉਂਦੇ ਵੱਧਦੇ ਰਹੋ ਸਾਡਾ ਫੇਸਬੁੱਕ ਟੱਬਰ ਹਮੇਸ਼ਾ ਜਿਉਂਦਾ ਵੱਸਦਾ ਰਹੇ ਜਿਹੜਾ ਸਾਨੂੰ ਇੰਨਾ ਪਿਆਰ ਕਰਦਾ ਹੈ ਲਵ ਯੂ ਅਗਲੀ ਵੀਡੀਓ ਜਾ ਕੇ ਨਾਰਾਇਣਗੜ੍ਹ ਮਿਲਦੇ ਬਾਈ ਜਿਉਂਦੇ ਵੱਧਦੇ ਰਹੋ ਲਵ ਯੂ ਹੈ ਜੀ ਫੋਟੋ ਕਰਨੀ ਫੋਟੋ ਦੱਸ ਦਿਓ ਕਰ ਲਓ ਲੈ ਆ ਜਾ
ਗੱਲ ਨੇ ਲਵ ਜਾਂਦਾ ਰਹੇ।